अस्सलाम वालेकुम। सवेर का पे लगना यार जिथे भी नाई हो बोलनो नहीं रहिंदा। नमकीन पका दिओ। नमकीन भाई 60,000 दी है। ओ देख स्टील दी। इहदा मतलब है फिर रहन दी है कि करनी की देख का न्याय बननी है। तो तू ते आप नहीं मांगदा। मैं कि पूरा मुल्क मंगन दे है। सही गल। ते तेनु एक मशवरा दे। हां न्याय ही बननी है ना तू। हां जी हां जी। तो तू इंज कर 1,10,000-12,000 रुपया बनता देगा दा। अच्छा तू किसी यतीम बच्ची दी रोटी पका दे ब्याह दी। हां ओदे च नियाज भी हो जाएगी ओदे च नाल दा ब्याह भी हो जाएगा। नेकी दी नेकी। आहरत सिद्दी कर मेरा पुत्र ते सी इधर कर ले। हैं जी भाई पाप फिक गया यार तेरे कोल की लगाना है। हां अज मेरे मशूक दा ब्याह। तेरी मशूक दा? आहो अच्छा ते कुर्सियां लान दा आर्डर ते दिया ने मेनू। अच्छा कुर्सियां लाओगे? उन्हें क्या वीरे तू कुर्सियां लाउनियां? बाह जी फिर कुर्बानियां दे रही है पैनी है। बिल्कुल ठीक पागा वो थोड़े जे पाथे बाह के तन्ने बड़ी देर दा डेकन दिया जल्दी जल्दी शेव कर दे। मैं बहुत लेट हो गया। उतरा साडा ते काम ही शेव करना है। गाहक दी खिदमत करना साडा सेवा हैगा। ते बार कडे पाप फिकिया ब्लेड लाने नवा पुराना ब्लेड ना पाई। ओ पुत्रा पुराना ब्लेड साडे को होंदा ही नहीं। ओ FIR दे नाल ही थाने जमा हो जांदा। क्यों? पहले भी 3 बंदे मरे ने ना मेरे को। पुत्र शेर कोई ऐवें काम नहीं हैगा। पाप है क्या? हाँ ये की कर रहे हैं? ओ मैं के नाल फिसल भी होइएगा। टू इन वन ब्लेड ਤਰਾ ਨਮਾ ਹੀ ਹੁੰਦਾ। ਇੱਕ ਤੇ ਮੈਂ ਆਪਣੇ ਸ਼ਗਿਰਦ ਤੋਂ ਮੈਂ ਨਾ ਤੰਗ ਬਹੁਤ ਆ। ਕਿਉਂ? ਆ ਵੀ ਮਾਂ ਵਾਲਾ ਉਸ ਤਰ੍ਹਾਂ ਇੱਥੇ ਰੱਖੇ ਆ। ਪਾਪ ਹੈ ਕਿ ਤੈਨੂੰ ਮੈਂ ਕਿਹਾ ਵੀ ਸੀ ਪੁਰਾਣਾ ਬਲੇਡ ਨਾ ਲਾਈ। ਉਹ ਪੁੱਤਰਾ ਬਲੇਡ ਕੀ ਲਾਣਾ ਹੈ? ਅਸੀਂ ਤੇ ਸੇਵਾਂ ਹੀ ਬੜੀਆਂ ਕੀਤੀਆਂ ਅੱਲਾ ਦੇ ਫਜ਼ਲ ਨਾਲ। ਪਾਪ ਹੈ ਕਿ ਆ ਗਰਦਨ ਤੋਂ ਵਾਲ ਜ਼ਰਾ ਧਿਆਨ ਨਾਲ ਲਾਈ। ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੇਰਾ ਪੁੱਤਰ। ਸਾਡੀ ਸ਼ੇਵ ਕੀਤੀ ਤੇ ਦੂਰ ਦੂਰ ਤੱਕ ਧੁੰਮਾਂ ਨੇ। ਐਲਾਨ ਹੁੰਦੇ ਨੇ ਐਲਾਨ। ਅੱਛਾ ਕੀ? ਕਿ ਅੱਜ ਫੇਰ ਫੀਕੇ ਨੇ ਮਾਰਤਾ ਜੇ ਇੱਥੇ ਪਵੋ ਸ਼ੇਵ ਕਰਾ ਕੇ ਜਾਣੀ। ਪਾ ਫਿਕਿਆ ਯਾਰ ਤਰਾ ਦੇ ਨਾਲ ਨਾ ਤੁਹਾਡੇ ਕੋਈ ਬੰਦਾ ਹੌਲੇ ਦਿਲ ਦਾ ਵੀ ਹੁੰਦਾ ਹੈ। ਜੇਬ ਚ ਮੋਬਾਈਲ ਆਈ। ਆਹੋ ਹੈ ਵੇ 1122 ਮਿਲਾ ਲੈ ਮੈਂ ਗਰਦਨ ਤੋਂ ਵਾਲ ਲਾਣ ਲੱਗੇ। शावर पाटा मुंडा पता नहीं कितने रख गया। बहुत ते छोटे शावर ना मार दे यार। एनी पुत्रा सारी गल सी उतो ठंड उतो तेरी शेव। बाबू
ਫਰੈਸ਼ ਹੋ ਗਿਆ ਮੇਰਾ ਪੁੱਤਰ, ਤੂੰ ਵੀ ਨਹੀਂ ਨਹਾਉਂਦਾ। ਪਾ ਬੇਟੇ ਪਾਣੀ ਸ਼ਾਵਰ ਨਾਲ ਲਵਾ ਰਹੇ ਹੋਈ? ਆ ਬੇਟਾ ਸ਼ਾਵਰ ਮੈਂ ਮੂੰਹ ਚ ਲਵਾਏ ਆ। ਚਲੋ ਇੰਨੀ ਸਾਰੀ ਗੱਲ ਸੀ, ਸ਼ੁਕਰ ਹੈ। ਲੈ ਫਿਰ ਪਾ ਕੇ ਇਹ ਜ਼ਿਆਦਾ ਤੇ ਪੁੱਤਰ ਸਵੇਰ ਸਵੇਰ ਦੀ ਹਾਲੇ ਬੋਰੀ ਕੀਤੀ ਏ ਤੇ ਪੈਸੇ ਪਾਪੇ ਕੇ ਪੈਸੇ ਤੇ ਯਾਰਾਂ ਚ ਕੋਈ ਨਹੀਂ ਤੇ ਘਰ ਉਹ ਜਿਹੜੀ ਖੁੰਡੀ ਸੇਫ ਦੀ ਉਹਦੇ ਨਾਲ ਭੈਣ ਪੇਚ ਕਰ ਲੈਣੀ ਸੀ। ਤੇਰੇ ਕੋਲ ਪੈਸੇ ਨਹੀਂ ਹੈ ਤੇ ਮੈਂ ਆਪਣਾ ਕੰਮ ਬੰਦ ਕਰ ਲਾ, ਕਿਉਂ ਕਰਾਈ ਆ ਸੇਵ? ਖੋਤੀ ਰਿਹਾ ਬੱਚਿਆ, ਕਿਉਂ ਕਰਾਈ ਆ? ਫੇਰ ਕਹਿੰਦੇ ਨੇ ਜੀ ਨਾਈ ਬੰਦਿਆਂ ਵਾਲੇ ਕੰਮ ਨਹੀਂ ਕਰਦੇ। ਬਲੋਕ ਪਾਥੇ ਕਿਆ, ਕੱਲ ਤਨਖਾਹ ਮਿਲੇ ਕਿਤੇ ਦੇ ਦਿਆਂਗਾ। ਕੱਲ ਦੇਗਾ ਕੱਲ ਦੇ ਦੇਗਾ? ਆਹੋ ਕੱਲ ਦੇ ਦਿਆਂਗਾ। ਮੈਂ ਤੇਰੇ ਵੱਲ ਲਾਣਾ ਕਿ ਤੂੰ ਮੇਰੇ ਵੱਲ ਆਏਗਾ? ਇੱਥੇ ਆ ਕੇ ਦੇ ਕੇ ਜਾਏਗਾ? ਪਾਥੇ ਕਿਆ ਯਾਰ ਆ ਕੇ ਦੇ ਦਿਆਂਗਾ। ਤੈਨੂੰ ਝੱਸ ਕੀ ਹੈ? ਮੈਂ ਪੈਸੇ ਲੈਣੇ ਨੇ, ਬਗਲੇ ਆ ਇਹ ਆ। ਚੱਲ ਪੈਸੇ ਲਿਆਈ ਚੱਲ। ਯਾਰ ਹੁਣ ਕਿਸੇ ਨੇਕ ਬੰਦੇ ਦੇ ਮੱਥੇ ਲਾਈ, ਸਵੇਰੇ ਸਵੇਰੇ ਪੂਰੀ ਪੈਣੀ ਹੋ ਗਈ ਹੈ। ਚੱਲ ਤੇਰਾ ਬੇੜਾ ਕਰਕੇ ਜੇ ਖਾਣਾ ਖਰਾਬ ਹੋਵੇ। ਹਾਂ ਕਿਸੇ ਕੋ ਕੀ ਕਿਹਾ ਜਾ ਤੂੰ? ਕੀ ਕਿਹਾ? ਉਹ ਗਾਲਾਂ ਕੱਢਦਾ ਜਾਣ ਡਿਆ। ਸਵੇਰ ਦੀ ਮੈਨੂੰ ਤਲਬ ਹੋ ਰਹੀ ਸੀ। ਸਾਢੇ 300। ਕਿੰਨਾ? 350। ਜੇ ਕਿਸੇ ਨੇ ਫੁੱਲ ਕਰਵਾਉਣੀ ਹੋਵੇ ਤੇ ਫਿਰ ਮਖਸੂਸ ਜਗ੍ਹਾ ਤੋਂ ਵਾਲ ਮੋਚਨੇ ਨਾਲ ਕੱਢਾਂਗਾ। ਔਰ ਚਾਹੁੰਦੇ ਟੈਂਟ ਤੇ ਸ਼ੇਅਰ ਕਿਸੇ ਨੇ ਇਕੱਠੀ ਕਰਾਣੀ ਹੋਵੇ ਤੇ 500 ਰੁਪਈਆ ਦੇ ਦੀ ਤੂੰ। 500 ਰੁਪਏ ਰੱਖ ਸ਼ੇਅਰ ਤਾਂ ਤੇ ਤੇਰੇ ਗਾਹਕ ਨਹੀਂ ਆਉਂਦਾ। ਸਿਗਰਟ ਹੈ ਨਹੀਂ? ਕਿਹੜੇ ਪੀਣੇ ਨਹੀਂ? ਗੋਲਡ ਲੀਫ ਦੀ ਡੱਬੀ ਕਿੰਨੇ ਦੀ? 150 ਦੀ। ਅੱਧੀ 75 ਦੀ। ਇੱਕ ਸਿਗਰਟ 10 ਰੁਪਏ ਦਾ। ਟੋਟੇ ਵੀ ਹੈ ਨਹੀਂ? ਤੇਰੇ ਜ਼ਿਹਨ ਚ ਟੋਕੇ ਨਿਕਲਦੇ ਕਿਉਂ ਨਹੀਂ? ਹਾਂ ਠੰਡੀ ਬੜੀ ਪੈ ਰਹੀ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਹੱਥ ਵਾੜੇ ਨੇ ਲੋਕਾਂ ਇੰਜ। ਅੱਛਾ ਬਟੋ ਬਾਹਰ ਹੱਥ ਸਾਨੂੰ ਕੋ ਸਾਹ ਹੋਵੇ ਤੁਸੀਂ ਬੈਠੇ। ਸਭ ਤੋਂ ਜ਼ਿਆਦਾ ਮਜ਼ਾ ਚਾਦਰਾਂ ਵਾਲੇ ਲੈ ਰਹੇ। ਕਿਉਂ ਜੀ? ਉਹ ਸਾਰੇ ਡਰਾਮਾ ਵੇਖਣ ਡੇ ਨੇ, ਉਹਨਾਂ ਵਿੱਚੋਂ ਵਿੱਚ ਨੈਟਵਰਕ ਵੀ ਸੀ। ਕੱਢ ਲਓ ਬਾਹਰ। ਅਸਲਾਮ ਅਲੈਕੁਮ ਸਾਜੀ। ਆ ਜੀ ਕੀ ਹਾਲ? ਸਾਜੀ ਕੀ ਹਾਲ ਹੈ? ਅੱਲਾ ਦਾ ਸ਼ੁਕਰ ਹੈ। ਉਹ ਮੈਂ ਨਾ ਜੋ ਕੁਛ ਕਿਹਾ ਸੀ ਨਾ ਉਸਤਾਨੀ ਹੋਰਾਂ ਨੂੰ ਸਬਜ਼ੀ ਲਿਆ ਕੇ ਦੇ ਆਇਆ। ਉਹ ਪੁੱਤਰ ਤੂੰ ਐ ਬੜਾ ਬਾਦ ਹੈ। ਬਾਦ ਇਹਦਾ ਆਨੰਦ ਤੇ ਹੈ। ਪਲੇਟ ਅੰਦਰੋਂ ਮਾਮ ਚੋ ਨਾ ਚੁੱਕਿਆ ਕਰ, ਕਿਸ ਦਿਨ ਤੈਨੂੰ ਦਾਣੇ ਨਿਕਲਣ ਨਹੀਂ। ਟੱਪੀ ਪਲੇਟਾਂ ਦੀ ਤੁਸੀਂ ਪੈਸੇ ਦੇਣੇ ਨੇ? ਓਏ ਚੱਲ ਮੇਰੇ ਉਸਤਾਦ ਦਾ ਅਦਬ ਕਰਿਆ ਕਰ। ਮੇਰਾ ਉਸਤਾਦ ਪੁਰਾਣਾ ਦੁਕਾਨਦਾਰ ਹੈ ਇੱਥੇ। ਜੋ ਵੀ ਹੈ ਇਹ ਨਸੀਬ ਨੇ ਤੇਰੇ। ਕੀ ਜੀ? ਬਾਣ ਖਾਣ ਤੋਂ ਬਾਅਦ ਤੂੰ ਸਿਰ 'ਚ ਹੱਥ ਪੂੰਝਾਂ ਯੋਗਾ ਨੂੰ। ਆ ਤੇਰੇ ਉਸਤਾਦ ਦਾ ਬੇੜਾ ਕਰ ਕੋਈ। ਮੈਂ ਤਾਂ ਕਿਹਾ ਸ਼ੇਵ ਕਰਕੇ ਨਾਲੇ ਨੇ ਕਹਿ ਵੀ ਕਰਦੀ ਸੀ। ਨਹੀਂ ਤੇਰੇ ਹੀ ਬਹੁਤ ਚਾਹ ਹੈ ਕਿ ਕਹਿਣਾ ਪੀ ਕੇ ਆ ਪੱਟਾਂ 'ਚ ਸਿਰ ਰੱਖ ਕੇ ਮੁੰਦੀ। ਕੂੜਾ ਉਹ ਕਰਿਆਨੇ ਦੀ ਭੈਣ ਮੁੰਡਾ ਜੰਮ ਕੇ ਸੁੱਟ ਗਈ ਓਏ। ਉਹ ਸਾਰੀ ਸ਼ਕਲ ਅਮਜਦ ਰਾਣੇ ਤੇਰੀ।
ਤੇ ਜ਼ੋਰ ਵੀ ਤੇ ਅਮਜਦ ਰਾਣੇ ਦਾ ਹੀ ਲੱਗਾ ਨਾ ਉਸਤਾਦ ਅਮਜਦ ਰਾਣਾ ਕੌਣ ਤੂੰ ਤਾਂ ਫੀਕਾ ਨਹੀਂ ਮੈਂ ਤਾਂ ਫੀਕਾ ਨਹੀਂ ਹਾਂ ਉਹ ਜਿਹੜਾ ਬੰਦਾ ਹੈ ਅੱਛਾ 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 ਇਹ ਸਮਾਨ ਇੱਥੋਂ ਚੁੱਕੋ ਗੰਦ ਬਲਾ ਚੱਲ ਕੋਈ ਚੱਲ ਚੱਲ ਮੱਥੇ ਨਾ ਸਾਰ ਮੈਂ ਇਹਦੇ ਨਾਲ ਇੱਕ ਦਿਨ ਨਹਿਰ ਤੇ ਗਿਆ ਅੱਛਾ ਇਹਨੇ ਜੀ ਟੁੱਬੀ ਮਾਰੀ ਉਸ ਤੋਂ ਬੱਚੇ ਨੇ ਰੋੜਾ ਮਾਰਿਆ ਮੈਂ ਕਹਿੰਦਾ ਕਿਉਂ ਮਾਰੇ ਇਹ ਤੇ ਬਾਹਰ ਭਾਈ ਕਹਿੰਦਾ ਮੈਂ ਸਮਝਿਆ ਦੁਹਾਨੇ ਦਾ ਖਰੋਪੜ ਜਾ ਰਿਹਾ ਇਹਨੇ ਵੀ ਨਹਿਰ ਚ ਛਾਲ ਮਾਰੀ ਉਧਰੋਂ ਸੱਪ ਨਹੀਂ ਕਰਾਇਆ ਸੱਪ ਇਹਨੂੰ ਵੇਖ ਕੇ ਕਹਿੰਦਾ ਉਹ ਸੱਪ पुत्र बताओ जो लैने चोची रिया दुआ लिया मेरा पुत्र मेरे लिए मसला बन गया था मेरा बेटा मिसर दिया फिल्मां च तेरे अर्गे बंदे बादशाह नूं शराब पिया रहे हुंदे तेरा ना मेरे हत्थों कतल हो जाएगा मैं तुहानूं दसां अरे कदों करना मेरा ख्याल है शेरू बदमाश नू पता नहीं कि कबीरा का नाम है मेनू बचाओ मेरी इज्जत लूटने की कोशिश कर रहे है साथ अगे हो तू बंदा नहीं नहीं मैं नाई हां ते नाई बंदे नहीं होते लटाला भुखी मरने क्यों नखरा करन दई बस कर दे नहीं मासूम बच्ची करियाने ने भैन की इज्जत लटा के जामा लिया तमीज ना जिथे जिथे लाना तू आप ही लाना ही अल्लाह खैर ते ला मौत बाकी होए मेनू बदमाश को बचाओ अच्छा चेक करन दे चौंस है चौंस है जे तू चूपड़ा तो मेरे को लगड़ा भी है चलो तो लगड़ा तेनु चलो जाइए ओ भी इज्जत बचानी है बचा ले तेनु काटी थो हां दुनिया दे जेड़े मर्जी छो दुनिया दे तेनु जेड़े मर्जी सुला दे काट दी अच्छा असि तो नाई है बंदा है ही है जी तू बंदा नहीं है चंगा पानी चंगा गर्म कर राती मेनू ठंड लगी मेरे आंडे तां चढ़ गए तेरा दिमाग काम करन दिया कि नहीं मैं फिर दो चावा लिया ना दोवे एक एक खा लो नहीं पुत्र मैं तो तेनू पता खांदा नहीं मेनू ब्लड प्रेशर है हां मेनू बचाओ बस ओ जी ओ साहब गैरत ना मेरा तल्लक ते कोई नहीं अच्छा आप लोग ही मेनी फिर भी लोग ये ना कहन के पंजाब दे नाइयां च गैरत नहीं
ਮਾਰੀ ਸੂ ਚਪੇੜ ਫਿਰ ਮੈਂ ਰੋਕੀ ਏ ਮੂੰਹ ਨਾਲ ਹਾਂ ਇਹਦਾ ਕੁਸੇ ਚ ਖਲੋਤਾ ਤੇ ਤੇਰੇ ਕੋਲ ਪਚਾਈ ਵੀ ਨਹੀਂ ਸੀ ਜਾਣੀ ਇੱਜ਼ਤ ਤੂੰ ਤੇ ਨਹੀਂ ਹੈ ਮੈਨੂੰ ਹੀ ਜਾਣਾ ਪੈਣਾ ਉਹਦੀ ਅਸਲੀ ਤਸੀ ਉਹਨੇ ਕੀ ਸਮਝਿਆ ਸਾਨੂੰ ਹੈ ਅਸੀਂ ਅਸੀਂ निकला टूटी खुली की वजह कोई हया करो किन्ने गंदे लोग हो तुसी फजूल लोग है मामे सास ने बनाए ने मारा तेरे इक चपेट चंगा भला व्या आएगा ओ कीता की है मैं ते की कर अटक के रुक की साजी ओ ते देखे नहीं जांदा झुका गए ने ओ तेरा बेड़ा कर के की कर रहा है तेरा ओए अंदर मैं कतल कर रहा है नहीं के काम है ने कर क्यों नहीं काम कर दे ते कीता की है खोती दिया सिखा पता नहीं किले वाल मेरे तो बन रहे चल पत्रों तो तू ही आया दूर तो नहीं सुट के आया दुकान आहो गूंद इतो लाई है बहरो चीर कट के आई सत्तर साल हो गए यादगार खलोते किले बनाया मैं लाहौर दा शाही किला बनाया मोहल्ला भी तू ही बनाया है एक कंजरा दा मुंडा उन्हें हुण टिन कराती अच्छा सत्तर साल तो हम मिस्त्रियों का काम ही कर रहे हैं हाँ जी लैसा तो आई उन्होंने नहाने का मौका नहीं मिले चबला है यार मेरी खरीदी है वे चेक मेरे कहने में ना गो तो उल्टबाजी लग रही है गो तो क्यों जितने भी कितने पैर थले आ गए चबला जी है कड़ी गो मैं तो भाजी अपनी दुकान से सेल लाती आटे की अच्छा जी अपने अब्बे दिया सीखा ना चलो असि अपने दादे का रायता पढ़ा देंगे चवल जे आना हो वालेकुम अस्सलाम
ਲੈਲਨ ਦੀ ਜੁੱਤੀਆਂ ਤੋਂ ਪੁਰਾਣੇ ਲੋਹੇ ਤੋਂ ਝਰੀ ਬੰਦ ਕਰਾ ਲੋ। ਤੂੰ ਕਿਉਂ ਵੀ ਭੈਣ ਦੀ ਝਰੀ ਬੰਦ ਕਰਵਾਉਂਦਾ ਹੈ? ਜੀ ਸੁਣਿਓ। ਹਾਂਜੀ। ਤੁਸੀਂ ਚਾਹੁੰਦੇ ਹੋ ਸਮਾਰਟ ਤੇ ਇੱਕੋ ਜਿਹੇ ਹੋ ਜਾਓ? ਕਿੰਨੂ ਇਹਨੂੰ ਪਾਗਲ ਨਹੀਂ ਹੋਏਗੀ? ਗਰਮਾਲਾ ਫੇਰ ਦਿੰਦੇ ਆ ਪੰਜੀਰੀ ਦੇ ਡਾਲਿਆ। ਮਾਵਾ ਨਾਲ ਰਿਸ਼ਤੇ ਨੀ ਬਣਾਏ ਦੇ ਇੰਜ ਤੂੰ ਮਾਮਾ ਲੱਗੇਗਾ। ਕਮੇਟੀ ਵਾਲਿਆਂ ਦਾ ਟਰੱਕ ਆਇਆ ਤੇ ਸਾਰਿਆਂ ਦੀ ਭੈਣ ਨਿਕਲ ਗਿਆ। ਮੈਨੂੰ ਡਾਕਟਰ ਨੇ ਕਿਹਾ ਔਰੇਂਜ ਪੀ। ਮੈਨੂੰ ਗੰਜੇ ਬੰਦੇ ਦੀ ਅੱਜ ਤੱਕ ਨੀ ਸਮਝ ਆਈ ਕੀ ਜਾ ਰਿਹਾ ਹੋਵੇ ਤੇ ਲੱਗਦਾ ਆ ਰਿਹਾ। ਕਿੰਨੀ ਉਮਰ ਹੋ ਗਈ? 40 ਤੋਂ ਉੱਤੇ। ਹਜੇ ਤੱਕ ਤੈਨੂੰ ਇਹ ਨੀ ਪਤਾ ਲੱਗਾ ਜਾ ਰਿਹਾ ਕਿ ਆ ਰਿਹਾ? ਗੰਜੇ ਵਾਲ ਨੂੰ ਆਲੇ ਕਿਸ਼ਤਾਂ ਤੇ। ਅੱਛਾ, ਦੋ ਕਿਸ਼ਤਾਂ ਸ਼ਾਰਟ ਆਈਆਂ, ਉਹ ਪੁੱਟ ਕੇ ਲੈ ਗਏ। ਸੁਣਨ ਡਿਆ ਨਾ ਉਹਦੀ ਗੱਲ? ਕਹਿੰਦਾ ਪੁੱਟ ਕੇ ਲੈ ਗਏ। ਮੈਂ ਫਸਾਈ ਮਾਂ ਆਪਣੀ ਨੂੰ ਕੁਛ ਕੀ ਕੀ ਲੈ ਕੇ ਗਈ ਹੈ? ਮੇਰੀ ਵੀ ਫਟਕੜੀ ਗੁਆਚੀ ਹੈ। ਜਦੋਂ ਮੈਂ ਘਰੋਂ ਉਧਾਰ ਲਿਆਇਆ ਉਸਤਾਦ ਜੀ ਕੱਢ ਲਈ। ਘਰ ਲੇਡੀ ਸੇਵਾ ਵੀ ਹੁੰਦੀ। ਆਪਣੀ ਬੁੱਢੀ ਦੀਆਂ ਨਾ ਚੋਰੀ ਕਰੀਮਾਂ ਲਾਉਂਦਾ ਸੀ। ਇੱਕ ਦਿਨ ਉਹਨੇ ਚੋਰ ਫੜਨ ਲਈ ਕਰੀਮ ਬਦਲੀ। ਇੱਥੇ ਨਿੱਕਾ ਜਿਹਾ ਟੱਕ ਹੋਵੇ ਨਾ ਤੇ ਹੋਵੇ। ਕਮੀਜ਼ ਕਰਿਆ ਕਰੋ ਚੌਂਕ ਚ ਧੀਆਂ ਭੈਣ ਵਾਲਾ ਚੌਂਕ। ਤੂੰ ਕਮੀਜ਼ ਕਰ ਰੱਬ ਦਿੰਦਿਆਂ ਨੂੰ ਦਿੰਦਾ ਜੇ। ਬਿਲਕੁਲ ਅੰਨੇ ਨੂੰ ਦੋਗ ਤੇ ਦੁਆਵਾਂ ਹੀ ਦੋਗੇ।
चलो हम बारी बारी तो गल नहीं समझी आप साहब जनाब अन्ना मुथा जा ठीक है रब देंदिया नु देंदा है जी जी आज अन्ने नु दोगे हां जी ते कल फिर अन्ने नु दोगे अन्ना साहब दौर ना लाओ भाई जी समझिया नहीं मैं ताडी अन्ना मुथा जा ठीक है गरीब आदमी आ हां जी अन्ने नु दोगे ते दुआवां ही लोगे ते दवो जे ताडे हाथ च दे दिए ते किथे कि जाके लवोगे जो अगले का जेड़ बने कि पैसे कमा लेंगे दिहाड़ी दे हाँ जी माफ कर रहा वाले भैन ना पेश कर दो उधार फड़ी ले अपनी पुछना दूसरा मेरा भरा बैंक च हुंदा की करदा माशाल्लाह जिहड़ा बंदा लॉटरी लैंदा ओहनू थुक देंदा नहीं जनाब अन्ने नजर ही नहीं आता कुछ तुहाडे नाल ओह काम करा जिहदे नाल अखां बाहर आउंदियां ने ओह बंदा जिहनूं बतवा देनी है मैनूं दिओ बतवा मैं की क्या ओए मेरी गल दे पिछले साल दे छापा मारन तुरे ने वर्दियां ते बदल नहीं गई मैनू नहीं मारन दे मैं। एक मिनट यार ठहरो
ਲਿਆ ਨਾ ਹੋ ਕੇ ਕੈਂਜ ਦੀ ਕਮਾਈ ਫੜ ਰਿਹਾ ਮੈਂ 1500 ਨੂੰ ਨੋਟ ਨਜ਼ਰ ਆਉਂਦਾ ਮੈਂ ਕਿਹਾ ਜਨਾਬ ਮੈਨੂੰ ਨਹੀਂ ਮਾਰਨ ਦੇ ਮੈਂ ਤੁਹਾਡੀ ਭੈਣ ਦੇ ਦਿਨ ਰੱਖਣਾ ਆ ਅੱਛਾ ਸਭ ਲਿਆ ਬੇਗਾ ਬਸ਼ੀਰ ਜੀ ਸਾਹਿਬ ਪੁੱਛ ਲੈਂਦੇ ਆ ਇਹਨੂੰ ਪੁੱਛ ਲੈਂਦੇ ਆ ਇਹਨੂੰ ਉਹ ਮਾਰਨ ਦੇ ਆ ਤੁਹਾਡੇ ਘਰੋਂ ਫੜਿਆ ਗਿਆ ਨਾ ਫੜਾਉਣੇ ਤੂੰ ਲੈ ਕਿੱਥੇ ਲੈ ਗਿਆ ਸਾਨੂੰ ਓਏ ਖੱਤੀ ਦਿਓ ਮੈਂ ਲਿਆਇਆ ਕਿਹੜਾ ਕਾਨੂੰਨ ਹੈ ਓਏ ਆਕੇ ਸੁਣਿਆ ਕਾਨੂੰਨ ਅੰਨਾ ਹੁੰਦਾ ਮਾਫੀ ਉਹਦਾ ਵੀ ਤੇ ਪਤਾ ਕਰੋ ਉਹਦਾ ਕਿਤੇ ਮਗਜ਼ ਤੇ ਨਹੀਂ ਜਾ ਪਿਆ ਨਹੀਂ ਤੇ ਉਹਨੇ ਆ ਜਾਣਾ ਸੀ ਕੰਮ ਸੀਰੀਅਸ ਸੀ ਬਸ਼ੀਰ ਤੇਰੇ ਪੈ ਗਈ ਤੇਰੇ ਤੇ ਪੁੱਤਰਾ ਉਹ ਬਾਹਰ ਜਾ ਕੇ ਪਤਾ ਕਰ ਲੈ ਓਏ ਤੂੰ ਅੰਨਾ ਮਨ ਤੇ ਤੂੰ ਲੱਗਣਾ ਪਿਆ ਬਸ਼ੀਰ ਜੀ ਸਾਹਿਬ ਜੀ ਫੇਰ ਹੋਏ ਨੇ ਹੋ ਗਏ ਸਾਹਿਬ ਜੋ ਸਭ ਕੁੱਤਾ ਕਰਨਾ ਹੈ ਮੈਨੂੰ ਮਾਰੇ ਕੋਈ ਨਾ ਕਿਉਂ ਤੈਨੂੰ ਕਿਉਂ ਨਾ ਮਾਰੀ ਹੈ ਮੇਰਾ ਵੱਡਾ ਭਰਾ ਮੁਲਾਜ਼ਮ ਹੈ ਅੱਛਾ ਜੀ ਕਿਤੇ ਮਹਿਕਮੇ ਜੀ ਐ ਸਿਆਲਕੋਟ ਸਵੀਟ ਦੇ ਸਿਆਲਕੋਟ ਸਵੀਟ ਦੇ ਸਿਆਲਕੋਟ ਸਵੀਟ ਤੇ ਮੁਲਾਜ਼ਮ ਹੈ ਆਏ ਫੜ ਲਾ ਆਏ ਆ ਕਿਉਂ ਮਰ ਰਹਾ ਹੈ ਫੜ ਲੈ ਇਹਦੀਆਂ ਸਾਡੀਆਂ ਅੱਖਾਂ ਤੇ ਅੰਨੇ ਅਸੀਂ ਵੀ ਆ ਓਏ ਨਾ ਕਿਹਾ ਤੇਰਾ ਹਾਂਜੀ ਨਾ ਕੀ ਹੈ ਨਾ ਦਾ ਨਹੀਂ ਪਤਾ ਨੇ ਫੜਿਆ ਪਿਓ ਨੂੰ ਹੀ ਅੱਛਾ ਬਸ਼ੀਰ ਜੀ ਸਾਹਿਬ ਜੀ ਮਾਰ ਇਸ ਨੂੰ ਅੱਛਾ ਤੀ ਦੇ ਓਏ ਉਸ ਨੂੰ ਮਾਰ ਓਏ ਅੱਗੋਂ ਪਿੱਛੇ ਹੋਵਾਂਗੇ ਤੈਨੂੰ ਮਾਰਾਂਗਾ ਲੋਈ ਤਾਂ ਹੀ ਨਹੀਂ ਜੇ ਮੁਜਰਮ ਫੜੇ ਜਾਂਦੇ ਇਹਨਾਂ ਦਾ ਆਪਸ ਚ ਇਤਫਾਕ ਨਹੀਂ ਤਫਤੀਸ਼ ਚੜੀ ਪਈ ਏ ਓ ਬਸ਼ੀਰ ਜੀ ਸਾਹਿਬ ਜੀ ਓ ਮਾਰ ਸੂ ਓਏ ਨਾ ਇਹਨੇ ਕਿਉਂ ਤੇ ਕਿਉਂ ਮਾਰਾਂ ਓਏ ਤੇਰੇ ਕਹਿਣ ਤੇ ਕਿਉਂ ਮਾਰ ਬਸ 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 ਭਈਆ ਸੁਣਾ ਚੁੱਕੇ ਸਾਜੀ ਕੀ ਕਰਾਂਗੇ ਓ ਛੱਡ ਦੇ ਸਾਜੀ ਵੇ ਓ ਪੁੱਤਰ ਕਾਨੂੰਨ ਹੈ ਓਹੀ ਬੰਦੇ ਨੇ ਜਿੰਨਾ ਸਾਨੂੰ ਪਹਿਲੇ ਨਹੀਂ ਉੱਤੋਂ ਫੜਿਆ ਸਾਜੀ ਕੌਣ ਜੀ ਹੈਲੋ ਬੇਗਮ ਦਾ ਫੋਨ ਜੀ ਅੱਛਾ ਬੇਗਮ ਦਾ ਫੋਨ ਹੈ ਉਹ ਮੇਰੀ ਬੇਗਮ ਦਾ ਮੇਰੀ ਦਾ ਅੱਛਾ ਸਾਜੀ ਆਪਣੀ ਬੇਗਮ ਦਾ ਉਹਦੇ ਨਾਲ ਕਿਉਂ ਗੱਲ ਕਰਾ ਰਹੇ ਉਹ ਗੱਲਾਂ ਹੀ ਬੜੀਆਂ ਕਰਦੀ ਅੱਛਾ ਲੈ ਬਸ਼ੀਰ ਲੈ ਚੱਲ ਇਸ ਨੂੰ ਡਾਲੇ ਚ ਬਿਠਾ ਜਿਹਨੂੰ ਖੜਨਾ ਜੀ ਉਹ ਪਹਿਲੇ ਹੀ ਬਾਹਰ ਹੈ ਉਹ ਬੈਠਾ ਹੋਣਾ ਬਾਹਰ ਜਾ ਕੇ ਪਤਾ ਕਰਨੇ ਆ ਚਲੋ ਸਾਹਿਬ ਦੀ ਬੜੀ ਮਿਹਰਬਾਨੀ ਉਹਨੂੰ ਛੱਡੋ ਆ ਮੇਰੀ ਗੱਲ ਸੁਣ ਲੋ ਓਏ ਹਾਂਜੀ ਅਮਰ ਸਿੰਘ ਜੋ ਤੇ ਬਚ ਗਿਆ ਕਿ ਨਹੀਂ ਆ ਚੌਂਕ ਦੇ ਵਿੱਚ ਜਿਹੜਾ ਬਦਮਾਸ਼ੀ ਕਰ ਪੈਣ ਸੇ ਥਾਣੇ ਜਾ ਕੀ ਆ ਕੀ ਬਸ ਚੱਲ ਜਾ ਕੇ ਮੇਰੀ ਮਾਂ ਦਾ ਕਰ ਤੈਨੂੰ ਮੈਂ ਦੱਸਾਂ ਹੀ ਹਾਂ ਠੀਕ ਨਹੀਂ ਆ ਮੇਰੇ ਅੱਧ ਹੋ ਗਈ ਹੈ ਪੰਦਰਾਂ ਮਿੰਟ ਬਾਅਦ ਸੇਕ ਦਿੱਤੇ ਨੇ ਬਤਨ ਸਾਡੇ ਨਾਲ ਲੜੋਗੇ ਤਾਂ ਨਾਈ ਫਿਰ ਇੰਜ ਹੀ ਕਰਦੇ ਨੇ ਸਾਡੇ ਬੱਚੇ ਵੀ ਦੇਖੋ ਅਕੀ ਕੀ ਵੀ ਕਰੂ ਕੁਝ ਵੀ ਨਹੀਂ ਭਾਜੀ ਇਹ ਤੁਹਾਨੂੰ ਇੰਨਾ ਬੜਾ ਬੂਆ ਬਣਾਇਆ ਭਵਾਨ ਓ ਕੀ ਅੱਧੀ ਰਾਤ ਨੂੰ ਸਾਦ ਦਾ ਬੂਆ ਖੜਕਾ ਕਹਿੰਦੇ ਨੇ ਐਮਰਜੈਂਸੀ ਮੁੰਡੇ ਦੀ ਟਿੰਡ ਕਰ ਲਈ ਹਾਂ ਇੱਕ ਡੇਰੇ ਤੇ ਲੈ ਗਏ ਨੇ ਹਾਂ ਉਸਤਾਦ ਦੇ ਉਜ਼ਾਰਾ ਨਾਲ ਹੀ ਉਹਨਾਂ ਨੇ ਉਸਤਾਦ ਮੁੰਨੇ ਆ ਪੁੱਤਰ ਤੂੰ ਚਾਹਨਾ ਕਿ ਤੇਰੀ ਤਨਖਾਹ ਵੱਧ ਜਾਏ ਕਿਤੇ ਹੋਰ ਲੱਗ ਜਿਹਨੇ ਮੇਰੇ ਉਸਤਾਦ ਨੂੰ ਲੰਮੇ ਪਾ ਕੇ ਡੇਢ ਕੁ ਘੰਟਾ ਤੇ ਖਾਲੀ ਨੈਣ ਨਕਸ਼ੀ ਵੇਖੇ ਨੇ ਪੁੱਤਰ ਇਹ ਗੱਲ ਨੂੰ ਲਿਖਾ ਲੈ ਜਦੋਂ ਮੈਂ ਨਹਾਵਾਂਗਾ ਤੂੰ ਵੀ ਵੇਖ ਲੈ ਸ਼ਹਿਰ ਮੁੰਡਾ ਭੇਜਿਆ ਉਹਦੇ ਕੋਲੋਂ ਮੋਟ ਗਰਲ ਬਲੀਚ ਮੁਲਾ ਕੇ ਤੇ ਉਹ ਵੀ ਕੀਤੀ ਸੋ ਪੁੱਤ
पुत्र तेरी कोई दाई वाकफ है ते तेरी वापसी नहीं हो सकती। मुरब्बा बहुत मंगा के अपनी दर्दां दूर कर दे। पुत्र दुकान नावे लवा लै गल्लां छड्ड। जामत करन तो बाद फंबा लिया नहीं है जलाई दा पाउडर आला वापसी ते उस्ताद ओ फसा के घर पहुंचे। चलो किसी होर लगो दुकान बंद। वापसी ते उस्तानी हुरां ने कहा उन्होंने कहा सुना फीक क्या की होया उस्ताद घबराई की आवाज कढ के कहिंदा उन्हां बड़ा स्क्रब फेरिया। अनाया है तू बड़ा चंगा है लेकिन किसे मसलसल
ਕਰਪਟ ਔਰਤ ਦਾ ਬੱਚਾ ਹੈ ਤੂੰ ਨਿੱਕਾ ਜਿਹਾ ਬੱਚਾ ਨੂੰ ਗੱਲਾਂ ਕਰਨ ਡਏ ਨੇ ਮੈਂ ਤੇ ਕਹਿੰਦਾ ਚੱਕੀ ਬਣਦੀ ਹੋਣੀ ਚਾਹੀਦੀ ਬੱਚਾ ਜੀ ਉਹ ਜਿਹਦਾ ਆਟਾ ਖਾ ਕੇ ਤੇਰੀ ਸਿਹਤ ਨਹੀਂ ਬਣਦੀ ਮਹੱਲੇਦਾਰਾਂ ਦੀ ਕਿੱਥੋਂ ਬਣਦੀ ਔਰ ਵੇਖੋ ਗੱਲ ਕੌਣ ਕਰਨ ਡਏ ਜਹਾਰਾ ਭਲਵਾਨ ਪਿਛਲੀਆਂ ਗਰਮੀਆਂ ਨੂੰ ਇਹਨੇ ਕੀ ਕੀਤਾ ਇਹ ਕਿਤੇ ਕੋਠੇ ਤੇ ਚਿੜੀਆਂ ਫੜਨ ਵਾਸਤੇ ਨਾ ਦਾਬੜਾ ਲਾਇਆ ਸੀ ਚਾਰ ਕੁ ਚਿੜੀਆਂ ਆਈਆਂ ਨੇ ਫੜਨ ਗਏ ਚਿੜੀਆਂ ਨੇ ਇਹਨੂੰ ਫੜ ਕੇ ਬੜਾ ਮਾਰਿਆ ਬੜਾ ਹੀ ਕਿਸੇ ਮੋਂਗਰੀ ਖਾਣ ਵਾਲੀ ਔਰਤ ਆ ਬੱਚਿਆਂ ਤੂੰ ਅੱਛਾ ਭਾਈ ਦੇਗ ਪਕਾਣੀ ਹੈ ਆਹੋ ਬਸ ਠੀਕ ਹੈ ਮੈਂ ਚੌਲ ਧੋ ਲੈਣਾ ਤੇ ਤੂੰ ਘਰ ਜਨਾਨੀਆਂ ਨੂੰ ਫੋਨ ਕਰ ਉਹਨਾਂ ਨੂੰ ਕੋਈ ਛੋਲੇ ਧੋ ਲੈ ਆਪਣਾ ਮਸ਼ਵਰਾ ਤੇ ਦੇਖ ਜੀ ਕਾਲਿਆਂ ਨੂੰ ਖਾਈਏ ਕਿ ਉਹ ਖਲੋ ਜਾ ਤੂੰ ਆਪਣੇ ਵੱਲ ਧੋ ਲਿਆ ਪਤਾ ਨੀ ਕਿਸ ਔਰਤ ਦਾ ਬੱਚਾ ਹੈ ਤੂੰ ਮੈਨੂੰ ਖਾਲਾ ਜੀ ਦੇ ਕੋਲ ਤੇ ਲੈ ਜਾ ਮੈਂ ਪੁੱਛਾਂਗੇ ਏਡਾ ਕੈਮੀਕਲ ਦਾ ਬੱਚਾ ਜੰਮਿਆ ਕਿਵੇਂ ਹਜੇ ਰੋਟੀ ਦੇ ਬੱਚੇ ਸਾਨੂੰ ਆਪਣਾ ਵਿਗਾੜ ਪਏ ਤੈਨੂੰ ਆਪਣੀ ਪਈ ਹੈ ਉਸਤਾਦ ਜੀ ਕਿਹੜੇ ਛੋਲਿਆਂ ਦੀ ਦੇਖ ਸਹੀ ਰਹਿੰਦੀ ਕਾਲੇ ਕਿ ਚਿੱਟੇ ਸਾਨੂੰ ਕੀ ਪਤਾ ਜੇ ਤੁਹਾਡੇ ਕੋਲ ਕਿਹੜੇ ਮੁਲਕ ਦੇ ਨੇ ਨਹੀਂ ਹਰੇ ਵੀ ਹੁੰਦੇ ਨੇ ਨਾ ਹਰੇ ਜਿਹੜੇ ਨੇ ਉਹ ਥੋੜੇ ਟੈਟ ਰਹਿੰਦੇ ਨੇ ਹਰੇ ਤੇ ਇੱਕ ਦੇਗ ਚ ਕਿੰਨੇ ਪੈਂਦੇ ਨੇ ਡੇਢ ਕੁ ਕਿਲੋ ਹੈ ਨੀ ਇਹਨੇ ਘਰ ਚ ਇਹਨੇ ਘਰ ਚ ਹੈ ਨੀ ਚਲੋ ਕੱਢਣਗੇ ਤੇ ਤੁਹਾਡੇ ਵੱਲੋਂ ਫੜ ਲਿਆਵਾਂਗੇ ਸੋਹਣਿਆ ਛੋਲੇ ਮਿਕਸ ਨਹੀਂ ਹੋਣੇ ਵੱਡਾ ਛੋਟਾ ਹੁੰਦਾ ਕੋਈ ਐਸੀ ਗੱਲ ਨਹੀਂ ਹਾਂ ਵੀ ਮੰਨਣੀ ਹੈ ਵੱਡਾ ਛੋਟਾ ਪਾ ਕੇ ਸਾਰੇ ਹੀ ਦਿਓ ਆ ਜਿਹੜਾ ਚਿੱਟਾ ਗੱਲ ਸੁਣੋ ਨਈਆ ਧਿਆਨ ਨਾਲ ਦੇਖ ਪਾਈ ਵਿੱਚ ਐਵੇਂ ਨਾ ਖਮਕੀਰ ਫੇਰਦਾ ਰਵੀ ਉਤਰ ਲੈ ਮੈਂ ਤੇ ਕੱਲਾ ਕੱਲਾ ਛੋਲਾ ਚੈੱਕ ਕਰਨਾ ਉਹ ਗੰਦਿਆ ਸਾਜੀ ਇਸ ਭਾਈ ਓਏ ਕੱਲਾ ਕੱਲਾ ਭਾਈ ਨਾ ਜ਼ਰਾ ਵੀ ਕੱਚਾ ਰਹਿ ਜੇ ਗਾ ਗਾਲਾਂ ਕੱਢਦਾ ਤੇ ਤਾਂ ਕੱਲਾ ਕੱਲਾ ਚੂਸਣਾ ਚੂਸ ਕੇ ਉਹਦਾ ਜ਼ੈਕਾ ਲਈਦਾ ਕਿ ਪੁੱਤਰ ਸਹੀ ਪੱਕਾ ਤਾਂ ਉਹਨੂੰ ਫਿਰ ਦੇਖ ਠੇ ਕੇ ਵੇਖੀ ਦੇ ਜੂ ਗੱਲ ਨਾਲ ਤਾਕਤ ਸਾਰੀ ਖਿੱਚ ਲੈਂਦਾ ਹਾਂਜੀ ਹੁਣ ਤੇ ਉਸਤਾਦ ਦਾ ਇੰਨਾ ਤਜਰਬਾ ਹੋ ਗਿਆ ਕਿ ਸਿਰਫ ਦੇਖ ਤੋਂ ਢੱਕਣ ਚੋ ਕੇ ਸੁੰਘਦਾ ਤੈਨੂੰ ਪਤਾ ਲੱਗ ਜਾਂਦਾ ਛੋਲੇ ਕਹਿ ਜਦੇ ਨੇ ਅੱਲਾ ਤੇਰੀ ਜ਼ਿੰਦਗੀ ਕਰੇ ਪੁੱਤਰ ਆ ਸੁੰਘਣ ਦੀ ਡਿਊਟੀ ਅੱਜ ਤੋਂ ਤੇਰੀ ਨਹੀਂ ਸਾਜੀ ਮੈਂ ਸਿਰਫ ਸ਼ੇਪ ਸ਼ੂਟਾ ਦੀ ਸਾਜੀ ਇਹਨੇ ਬੌਣਾ ਸ਼ਿਕਰਦ ਕਿਉਂ ਰੱਖਿਆ ਉਹ ਇਹਨੂੰ ਬਵਾ ਸੀ ਰਿਹਾ ਉਹਦੇ ਕੋਲ ਫੂਕਾ ਮਰਵਾਉਂਦਾ ਆਪਣੀ ਦੁਕਾਨਦਾਰੀ ਰਵੋ ਬੰਦੇ ਵਾਲੇ ਕੰਮ ਹੀ ਨੀ ਨਾਈ ਵਾਲੇ ਖੋਲ ਕੇ ਬੈਠੇ ਲੈ ਜਾ ਤੂੰ ਵੀ ਜਿਹੜੀ ਚੱਕੀ ਤੂੰ ਪਾਈ ਆ ਨਾ ਲੈ ਜੇ ਸਾਰੀ ਜ਼ਿੰਦਗੀ ਇਹਦਾ ਤੈਨੂੰ ਬਿੱਲ ਆਈਏ ਤੇ ਮੈਨੂੰ ਫੜ ਦੇ ਅੱਲਾ ਦੀ ਰਹਿਮਤ ਨਾਲ ਬਿੱਲ ਅਸੀਂ ਪਾਕਿਸਤਾਨੀ ਅਸੀਂ ਦਿੰਦੇ ਹੀ ਨਹੀਂ ਅਸੀਂ ਤੇ ਟੈਕਸ ਨਹੀਂ ਦਿੰਦੇ ਤੇ ਬਿੱਲ ਕਿੱਥੋਂ ਦਈਏ ਟੈਕਸ ਤੇ ਭਾਈ ਹੁਣ ਦੇਣਾ ਪੈਣਾ ਉਹਨਾਂ ਸੁਹਾਗ ਰਾਤ ਵਾਲੇ ਕਮਰੇ 'ਚ ਮੀਟਰ ਲਾਤਾ ਕਿ ਲਾੜੇ ਦੇ ਯੂਨਿਟ ਕਿੰਨੇ ਸੁੱਤੇ ਨੇ ਇਸ ਲਈ ਮੈਂ ਨਹੀਂ ਜੇ ਕਰਾ ਰਿਹਾ ਹਲੇ ਮੈਂ ਕਿਹਾ ਟਰਨੋਰ ਨਾ ਕੀ ਜਾਏ ਤੂੰ ਕਰਾ ਯੂਨਿਟ ਮੈਂ ਸੁੱਟ ਲਾਂਗਾ ਉਹ ਤਾਂ ਤਫਾ ਦੇ ਕੀ ਬਣਾਈ ਆ ਦੀ ਕੰਮ ਯਾਰ ਤੂੰ ਸਪਲਾਈ ਨਾ ਨਾ ਦੇਈਦਾ ਯਾਰ ਸਾਜ ਜੀ ਹਾਂਜੀ ਇਹਦਾ ਕੀ ਕਰਨਾ ਜੀ ਚੱਕੀ ਵਾਲਾ ਓਏ ਚੱਕੀ ਵਾਲਾ ਵੇ ਇਹਨਾਂ ਦਾ ਮੂੰਹ ਤੇ ਓਏ ਇਹ ਤੂੰ ਸਦਕਾ ਇਹ ਸਦਕਾ ਸੁੱਟਣ ਗਿਆ ਤੇ ਬਲਾਵਾ ਇਹਨੂੰ ਵੇਖ ਕੇ ਕਹਿੰਦੀਆਂ ਭਰਾਵਾ ਲਾਈਆ ਆਪਸ ਚ ਲੈਣੇ ਇਹਨੇ ਹੁੰਦਾ ਅੱਛਾ ਮੈਨੂੰ ਤੇ ਇੰਜ ਲੱਗਾ ਮੇਰੇ ਪਰਲੇ ਪਾਸੇ ਮੋਟੂ ਤੇ ਬਦਲੂ ਕਾਟਣ ਲੱਗੇ ਉਹ ਬਦਲੂ ਕਹਿਣ ਡਿਆ ਹੁੰਦਾ ਹੈ ਅਰੇ ਯਾਰ ਮੋਟੂ ਫਸ ਗਏ ਆਪ ਕੀ ਕਰੇ ਅਗਰ ਮੋਟੂ ਕਹਿਣ ਡਿਆ ਹੁੰਦਾ ਹੈ ਅਰੇ ਮੈਂ ਕੀ ਕਰੂੰ ਸਮੋਸਾ ਆ ਗਏ ਸਮੋਸੇ ਯਾਲੇ ਤੋ ਬਸ ਤੱਕ ਫਾਰ ਇਹ ਤੇ ਵੇਖ ਵੱਡੀ ਮਾਜ ਨੂੰ ਤੇਰੇ ਨਾਲੋਂ ਤਗੜੀ ਜੂ ਪਾਈ ਹੁੰਦੀ ਉਸੇ ਮੱਝ ਦੀ ਪੂਛਲ ਚੁੱਕ ਕੇ ਕਹਿਣ ਡਿਆ ਸੀ ਜੋ ਮੇਰਾ ਜੁਮਾਂ ਤੇਰੀ ਪੂਛਲ ਚੁੱਕ ਕੇ ਚੁੰਮਾ ਉਹਦੇ ਨਾਲ ਨਾ ਲੜਾਈ ਕਰ ਇਹਨੇ ਕਲਾਸ਼ਨ ਕੋਫ ਲਈ ਉਹਦੀ ਦੁਸ਼ਮਣੀ ਚੱਲ ਰਹੀ ਹੈ
ਕਿਹਦੇ ਨਾਲ ਇਹ ਗਲੀ ਚ ਜਲਾਇਆ ਨੇ ਵੱਡੀਆਂ ਬਤਕਾ ਰੱਖੀਆਂ ਇਹਨੂੰ ਨਗਨਾ ਨਹੀਂ ਦੇਣੀਆਂ ਬਤਕਾ ਨਾ ਦੁਸ਼ਮਣੀ ਇਹ ਇਹਦਾ ਸ਼ਰੀਰ ਤੇ ਕਿਤੇ ਸਿਰਫ ਲਿਆ ਕੇ ਨਾ ਪਾਣੀ ਦੇ ਵਿੱਚ ਹੱਥ ਮਾਰਿਆ ਸੀ ਕਿਤੇ ਵੱਡਾ ਜਿਹਾ ਬੁਲਬੁਲਾ ਬਣਿਆ ਤੇ ਉਹਦੇ ਚ ਬਹਿ ਕੇ ਤੇ ਨਾਲ ਦੀਆਂ ਉੱਤਰ ਗਏ ਨਾਲ ਦੇ ਤਾਂ ਤੁਹਾਡਾ ਘਰ ਨਹੀਂ ਸੀ ਤੇ ਪੁੱਛਦਾ ਹਾਂ ਜਿਸ ਤਰ੍ਹਾਂ ਦੀਆਂ ਤੁਹਾਡੇ ਦੋਵਾਂ ਦੀਆਂ ਗੱਲਾਂ ਨੇ ਨਾ ਤੁਸੀਂ ਦੋਵੇਂ ਬਸੂਰੇ ਮੈਂ ਵੀ ਤੁਹਾਨੂੰ ਤੇ ਭੱਲੇ ਕਿ ਚਾਰਲਸ ਦਾ ਮੁੰਡਾ ਕਹਿੰਦੇ ਨਹੀਂ ਚਾਰਲਸ ਰਾਤੀ ਮੈਂ ਆਪਣਾ ਨਾਂ ਚਾਰਲਸ ਰੱਖਿਆ ਕਿੰਨੇ ਮੈਂ ਉਹ ਤੂੰ ਨਾਂ ਲੱਗਿਆ ਸਿਰ ਤੇ ਛਾਪਰ ਚੜਾਣਾ ਕਿ ਅੱਧਾ ਚ ਪਾਣੀ ਨਾ ਪਾਈ ਸ਼ੈਪ ਨੇ ਤੇ ਸਹੀ ਕੁੱਤੀ ਲੱਗ ਰਹੀ ਚਲੋ ਮੈਂ ਤੇ ਕੁੱਤੀ ਲੱਗ ਰਿਹਾ ਇਹਦੇ ਨਾਲ ਦੇ ਨਾ ਮੋਟੇ ਮੋਟੇ ਮੂੰਹ ਵਾਲੇ ਕੁੱਤੇ ਨਾ ਚੌੜੀਆਂ ਦੇ ਡੇਰੇ ਤੇ ਬੱਜੇ ਹੁੰਦੇ ਨੇ ਅੱਛਾ ਸੋਹਣੇ ਪੱਲਰੇ ਆ ਪੂਰਾ ਏਡਾ ਗਾਠਾ ਇੰਜ ਲਾਲ ਕੋਕਿਆਂ ਦਾ ਪਟਾ ਤੇ ਤਾਂਬੇ ਦੀ ਸੰਗਲੀ ਮਾਲ ਕਹਿੰਦੇ ਹੁੰਦਾ ਮੋਤੀ 5 ਕਿਲੋ ਪੁੱਤਰ ਦੁੱਧ ਮੋਤੀ ਪੁੱਤਰ 6 ਕਿਲੋ ਉਬਲਿਆ ਗੋਸ਼ਤ ਵੀ ਆ ਮੋਤੀ ਪੁੱਤਰ ਸਿਰੇ ਲੜਾਈ ਆ ਖੁਸਰੀਆਂ ਕੁੱਤੀਆਂ ਆਮ ਕੁੱਤਾ ਤੇ ਪਵੇਗਾ ਨਾ ਬੜੇ ਤਰੀਕੇ ਨਾਲ ਨਾਲ ਦੇ ਪੁੱਤਰ ਨੂੰ ਕਹਿਣ ਨਹੀਂ ਹੁੰਦੀ ਹੈ ਅਗਲਾ ਆਂਦਾ ਕੀ ਆ ਆਓ ਮਜ਼ਾਕ ਤੋਂ ਇਲਾਵਾ ਸੱਚੀ ਮੁੱਚੀ ਨੈਣ ਨਕਸ਼ ਤੇਰੇ ਵੀ ਕੁੱਤੀ ਵਾਲੇ ਨੀ ਤਾਂ ਦੇਖੇ ਨੇ ਤੇਰੀ ਭੈਣ ਨੂੰ ਮੇਰੇ ਦੇ ਮੱਲੇ ਜੇ ਇੱਕ ਬੰਦਾ ਕਹਿੰਦਾ ਇਹ ਕੁੱਤੀ ਨਸਲ ਦਾ ਉਹ ਸੱਚਾ ਸੀ ਆ ਆਹੋ ਪਤਾ ਲੱਗਾ ਚੋਰ 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 ਆ ਗਿਆ ਚੋਰ ਤੇ ਤੂੰ ਦੁਕਾਨ ਛੱਡ ਕੇ ਕਾ ਤੋਂ ਚੱਲਾ ਇੱਥੇ ਸੋਹਣੇ ਦੇ ਉਸ ਤਰ੍ਹਾਂ ਹਾਏ 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 ਲਾ ਮੈਂ ਕਿੱਥੋਂ ਡਰ ਗਈ ਆ ਚੋਰ ਆ ਗਿਆ ਪਿਛਲੇ ਨੂੰ ਕਹਿ ਰਹੇ ਆ ਨਾ ਅੱਗੇ ਕੁਰਸੀ ਚ ਵੱਜਦਾ ਹੁਣ ਉਹ ਨਾ ਕਰ ਯਾਰ ਸਿਰ ਭਾਟ ਜੇ ਗਈ ਚੋਰੀ ਉਹਦੀ ਸੰਗਲੀ ਖੋਲ ਆਹੋ ਸਹੀ
होया क्या? बात बताया हमें, एक्सप्लेन करे शुरू से। मैं ना काम करके थक गई सी। अच्छा, कार दे। ठीक है, फिर मैं मंजी दे लेटी। बात चो। हाँ। अच्छा अच्छा, फिर मेरी आंख लग गई। ठीक है, फिर मंजी ली। किन्नी कु देर? 5 मिनट ली सी। चोर ठंडा सी। फिर दूसरी बारी हिली। ओ किन्नी देर हिली? वो तो हिलती ही रही। ओ बस ओ चोर दा हकीम लब्बो है। फिर तीसरी बारी हिली। तीसरी बारी हिली नहीं सकती, चोर दी भैन ना निकल जाए। उसे क्या? वो पहले वक्त तो होंगे सन चोर के घंटा घंटा चोरी कर दिया रहना। हूँ तो अजकल दे चोर है कंध टप्पीए नौ पैसे। बंदा लाभ रहे। ओ ते जिदों दी डकैती होई है ना चक्की वाले वाल, उदों दा इहनूं सारे कहंदे ने ओ चोर दे आ पुत्तरा। ये चक्की वाला कहां है? आ चक्की वाला आ गया। ऐ ना रखिया चक्की कोई नहीं, मरिया तू है। पेंसिल पेंसिल लगा दी। तुसी मैनूं बड़े सियाणे लगदे हो। हां मैनूं टेंशन। One minute, please listen, खोती दिया बच्चे। असल में टेंशन मतलब ऐ वे जी, चोर तो चलो आ गया जड़ा आना सी। अच्छा अच्छा, टेंशन ऐ वे दरवाजा बंद सी, चोर कितों आया? देखो जी, जे ते चोर टप के आया। हाँ। ते फिर ते वो मामूली जा चोर है। हाँ। ते जे थले दी आया। हाँ। थले दी आया। दरवाजे खुले खोबे खुब गया। बारिश ही ना, बारिश बारिश बड़ी हुई सी, गलत रस्ते गया ना। अच्छा, तो फिर उतो हवा चली ते बाहर आया। नाया बंदा तो चंगा है, लेकिन बड़ा ही किसे जल थल पौन वाली औरत दा बच्चा, ये तो डेफिनेट ही ना। अच्छा, फिर मैंने ऐ दसो चोर अंदर है और बाहर किस तरह कटा? ओ आप ही थक दुख के निकल जाएगा। गल सुनो, किन्नी को चोरी कर लेनी है? चोर हजे तक अंदर है। हां ओए, तुसी इथे बाहर दरवाजे च खलो। हाँ। आओ असी अंदर जाके देखने। मैडम चोर अंदर है। हां, तुसी इंज करो, कमरा कुटो। कमरा कुटो चोर मुंह वालों बाहर बेटी के डा।
Chuare, explain Pongo. Wow, 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 wow. Okay. Son, bachi tere mili. Oye, oye, oye. Bachi tere mili. Te number te ki kai. Din rati hun mainu phone kar di bhai. Kha ke mere paise kithe aur phas gayi. Hun je mile te mere wal kai mainu lai. Mani sachi na. ਲੀਰ ਲਟਕਣ ਡਈ ਏ ਸਭ ਤੋਂ
सारे मोहल्ले की गलती मैं अपने नामे लाई है चम तेले आए पर चस बड़ी
ਨਹੀਂ ਲਵਾਣਾ
ਮੋਚਣਾ ਗਵਾਚ ਕੇ ਜਰਾ ਮੂੰਹ ਨਾ ਪੁੱਟ ਦੇ ਫੇਸ਼ਲ ਮੈਡਮ ਸਾਡੇ ਕੋਲ ਕੁੱਲ ਲੁਕੇ ਆ ਅਸੀਂ ਕੋਲ ਪਤਾ ਮੈਂ ਫੇਸ਼ਲ ਕਿੰਝ ਕਰਨਾ ਨਹੀਂ ਤੇਰਾ ਮੂੰਹ ਹੀ ਦੱਸਦਾ ਤੂੰ ਮੂੰਹ ਨਾਲ ਹੀ ਕਰਨਾ ਇਹ ਤੇ ਉਹ ਦੱਸਣਗੇ ਕਿ ਮੂੰਹ ਨਾਲ ਕੌਣ ਕਰਦਾ ਤੇਰਾ ਤਾਂ ਮੂੰਹ ਬਹੁਤ ਸੋਹਣਾ ਪੱਟਾ ਨਹੀਂ ਜਾਂਦਾ रिश्ते करन लगे फिर डर नहीं आता बांदर ना ब्याह तियां ਏਡਾ ਬਗੈਰ ਘਰ ਕੈਲੰਡਰ ਵੀ ਹੈ ਨੇ ਫੇਰ ਵੀ ਤਰੀਕ ਆਪਣੀ ਬੁੱਢੀ ਕੋਈ ਪੁੱਛਦੇ ਪਰਚਾ ਹੀ ਬਕਵਾਸ ਬਕਵਾਸ ਕਰਦਾ ਜਾਣ ਬੈਠੋ ਖਿੱਚ ਤੇ ਲਾ ਆਟਾ ਦੇ ਆਟਾ ਪਾਟਾ ਨਾ ਨਾ ਦੇ ਗਈ ਮੈਂ ਕਿਹੜਾ ਪਹਿਲੀ ਵਾਰੀ ਗੰਜਾ ਵੇਖਣ ਦੀ ਆ ਮੈਂ ਤਾਂ 13 ਸਾਲ ਦੀ ਉਮਰ ਵਿੱਚ ਪਹਿਲੀ ਵਾਰੀ ਗੰਜਾ ਵੇਖਿਆ ਸੀ ਉਹ ਗੰਜਾ ਸੀ ਸੁਸਤ ਇਹ ਗੰਜਾ ਚੌਕੋ ਸੀ ਨੀਚੇ ਰੱਖੀ ਤੁਹਾਡੇ ਹੱਥ ਗੰਦੇ ਹੋ ਜਾਏਗੇ ਕਿਆ ਕਰ ਰਹੀ ਹੋ ਤੁਮ ਯਾਰ ਸਮਥਿੰਗ ਇਜ਼ ਵੈਰੀ ਰੋਂਗ ਨੋਟ ਪਰਫੈਕਟ ਯੂਰ ਇੰਗਲਿਸ਼ ਅਕੀ 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 ਕਿਆ ਸੁ ਮੈਂ ਕਿਹਾ ਗੰਜੇ ਦੀਆਂ ਭੈਣਾਂ ਵੀ ਸੋਹਣੀਆਂ ਨੇ ਤੂੰ ਕਿੱਥੋਂ ਵੇਖੀਆਂ ਨੇ ਆਈਆਂ ਨਹੀਂ ਸੀ ਤੇਰੇ ਨਾਲ ਸਹੀ ਕਿ ਜੀ ਵੀ ਕੀ ਕਰਨ ਦੇ ਹੈ ਤੂੰ ਤੈਨੂੰ ਸ਼ਰਮ ਆ ਜਾ ਰਹੀ ਹੈ ਯਾਰ ਮੈਂ ਬਚਾ ਮੈਂ ਮੇਰੇ ਬਚ ਕੋਈ ਸ਼ਰਮ ਕਰ ਰਹਾ ਸ਼ਰਮ ਕਰ ਦੀ ਉਹਦੇ ਅੰਦਰ ਦਾਣੇ ਪਏ ਨੇ ਉਹ ਰਪੀਨ ਕਰਨਾ ਤੇ ਮੈਂ ਉਹਨੇ ਦਾਣੇ ਵੇਖਦਾ ਤੂੰ ਦਾਣੇ ਕੱਢ ਲੈ ਤਾਂ ਨੂੰਤੇਰਾ ਘੁੰਡ ਵੀ ਨਿਓਲਾ ਚੁੱਕੇ ਗੱਲ ਸੁਣ ਮੈਂ ਅੰਦਰ ਚੱਲਦਾ ਮੇਰਾ ਪਤਾ ਕਰ ਦਿਆ ਨਹੀਂ ਤੂੰ ਬਾਹਰ ਹੀ ਰਹਿ ਮੈਂ ਹੀ ਅੰਦਰ ਜਾਣਾ ਫਿਰ ਤੂੰ ਕੀ ਵੇਹਦਾ ਪਿਆ ਮੈਂ ਵੇਹਦਾ ਪਿਆ ਕਿ ਐਡਾ ਦਾਪੜਾ ਤੇ ਮੇਰਾ ਵੀ ਨਹੀਂ ਹੈਗਾ
मेरी बहन का है ना जी भाई वो छोटा था हाँ। मैं 2 महीने से आपको डीक रहा हूँ अच्छा मेरे साथ वादा करती हो और बेवफाई करती हो नहीं मैंने तुम्हारे साथ कोई बेवफाई नहीं की असल में इसका प्रॉब्लम इसकी 101 कॉल आ गई है मुझे क्या कहते हैं क्या प्रॉब्लम है तुम्हारी मैडम आज जड़ी तुसी क्रीम दे के गए हो ना औरतां लामा देंदियां कहंदियां सी घंटा घंटा ला के बैठियां रहनी है भाई
ਭਾਈ ਜੀ ਕੀ ਹੈ ਇੱਥੇ ਕੋਈ ਕੁੜੀ ਆਈ ਹੈ ਨਹੀਂ ਆ ਦੁੱਧ ਦੀ ਖੁਸ਼ਬੂ ਆ ਰਹੀ ਤੈਨੂੰ ਇਹਨਾਂ ਪਤਾ ਲੱਗ ਗਿਆ ਕੁੜੀ ਹੈ ਖੁਸ਼ ਲੱਗ ਰਹੀ ਵੇਖੋ ਤੇ ਸਹੀ ਬਿਲਕੁਲ ਬਿਲਕੁਲ ਉਦਾਈ ਜੀ ਬਾਦ ਖੁਸ਼ ਹੋਣਾ ਚਾਹੀਦਾ ਇਮਰਾਨ ਖਾਨ ਸਾਹਿਬ ਨੇ ਏਡਾ ਵੱਡਾ ਕੰਮ ਜੋ ਕਰ ਦਿੱਤਾ ਹੈ ਇਮਰਾਨ ਖਾਨ ਸਾਹਿਬ ਨੇ ਕਿਹੜਾ ਕੰਮ ਕੀਤਾ ਇਮਰਾਨ ਖਾਨ ਸਾਹਿਬ ਨੇ ਸਿੱਖਾਂ ਦੀ ਰਾਹਦਾਰੀ ਜੋ ਖੋਲ ਦਿੱਤੀ ਹੈ ਸਿੱਖਾਂ ਦੀ ਰਾਹਦਾਰੀ ਖੋਲੀ ਨਾ ਖਾਨ ਸਾਹਿਬ ਨੇ ਹਾਂ ਕਿੰਨਾ ਅੱਛਾ ਕੰਮ ਉਹਨੇ ਮੰਗਾਈ ਕਰਕੇ ਸਾਡੀ ਵੀ ਰਾਹਦਾਰੀ ਖੋਲ ਦਿੱਤੀ ਬਾਈ ਤਾਨੋ ਸਲਾ ਜੀ ਮੈਂ ਤੇਰੀ ਖੋਲੀ ਹੈ ਇਧਰ ਤੇ ਵੇਖ ਕੇ ਇਹਦੀ ਖੋਲ ਕੇ ਗੱਲ ਚ ਪਾ ਦਿੱਤੀ ਆਪ ਕੁਰਸੀ ਲਾਈ ਤੇ ਰਾਹਦਾਰੀ ਓ ਭਾਈ ਹੈਲੋ 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 अम्मी को बड़ा ठरकी है भाई सारा मां ते गया ही ये मेरा भाई मरासिया है मैं सबनाबाद में रहता हूँ मरासी ने अच्छा ए 84 ने हां हां ए 88 ने ए मरास 20 ने असि सारे नड़े ने ने जीवन का कूड़ अच्छा आप कुछ सुनाए मुझे अच्छा सा अच्छा जी असा यार मनावना है वाह असा ढोल मनावना है भावे सिर दी बाजी लग जावे भावे सिर दी बाजी लग जावे महंगाई ने तू कट छड़िया बिलनाया था मार छड़िया इहो मसला मुकावना है नून लीग नू ले आवना है चार घंटे का ड्रामा नहीं चार घंटे की तवज्जो इन्हों घर लाइए तवज्जो सुना जिन्हें भी ये रुबाई लिखी है सब तो पहले ते ओंदली क्लैप हो वाह वाह बिस्मिल्लाह भाई साहब कौन ने मैं ही हां मैंने मार है यार है मार लो जी किता यार मिले दिलदार मिले यार मिले की है का दवा के यार यार मिले दिलदार मिले यार मिले दिलदार मिले यार मिले तेरी भैन दा ऐसी गल नहीं अच्छा मेरा करना पूछा कर रहे हैं अच्छा भाई आप तेरी भैन की खुचा च करीस देंगा यार मिले दिलदार मिले फिर यारी लावन चस फिर यारी लावन चस काफिर जड़ा लाके यारी पिछो आखे मेरी बस इसलिए सियाने कहने ने डीजे वाले बाबू मेरा गाना चला दे डीजे वाले बाबू आ बेचा कितना है नीचे
ਸਿਆਲਕੋਟ ਨੂੰ ਜਾਣਦੇ ਹੈ ਓਏ ਦੱਸ ਇੱਡਾ ਸੋਹਣਾ ਕਹਿ ਰਹੇ ਨੇ ਹਾਂ ਯਾਰ ਮਿਲੇ ਦਿਲਦਾਰ ਮਿਲੇ ਬਿਲਕੁਲ ਸਹੀ ਤੂੰ ਕਰਿਆਨੇ ਦੀ ਦੁਕਾਨ ਪਾਈ ਹੈ ਯਾਰ ਕੋਈ ਬੁੱਧਰੇ ਇੱਡਾ ਟਕਾ ਕੇ ਨਾ ਆ ਕਿਤੇ ਕੋਈ ਸੁਰ ਵੱਜ ਕੇ ਅੰਦਰੋਂ ਹੀ ਸ਼ਹੀਦ ਨਾ ਹੋ ਜੀ ਕੋਸ਼ਿਸ਼ ਤੇ ਕਰਨੀ ਚਾਹੀਦੀ ਜੀ ਜੀ ਵਾਕਈ ਬਹੁਤ ਅੱਛਾ ਸਿੰਗਰ ਅੱਛਾ ਜੀ ਸਦਕੇ ਜਾਵਾਂ ਇੱਥੇ ਸੰਗੀਤ ਤੋਂ ਇੱਧਰ ਵੇਖੋ ਕੈਸਾ ਫੁੱਟੀ ਆਂਡੀ ਵਰਗਾ ਸੇਰ ਹੈ ਤੇਰਾ ਇੱਕ ਜਗ੍ਹਾ ਤੇ ਗਾਣਾ ਗਾ ਰਿਹਾ ਅੱਛਾ ਜੀ ਗਾਣਾ ਗਾ ਰਿਹਾ ਤੇ ਇੱਕ ਬੰਦਾ ਬਹੁਤ ਹੀ ਤੰਗ ਆ ਗਿਆ ਉਹਨੇ ਪਰਚੀ ਤੇ ਲਿਖਿਆ ਖੁਦਾ ਦਾ ਨਾਂ ਹੀ ਬਸ ਕਰ ਇਹਨੇ ਚੁੱਕੀ ਹੈ ਪੜ੍ਹੀ ਤੇ ਸ਼ਰਮਿੰਦਾ ਨਹੀਂ ਹੋਇਆ ਕਹਿੰਦਾ ਇਹ ਵੀ ਸੁਣਾ ਤੋ ਕਾਲਾ ਨਹੀਂ ਕਾਲਾ ਇਹੋ ਜੀ ਜਿਹੋ ਜਿਹੇ ਦਾ ਮੂੰਹ ਹੈ ਨਾ ਇਹੋ ਜੀ ਜਗ੍ਹਾ ਚ ਹਫਸੀਆਂ ਦੀ ਫਿਲਮ ਦੇ ਵਿੱਚ ਡਾਂਗਾ ਮਾਰ ਰਹੇ ਹੁੰਦੇ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਤੇਰੀ ਚ ਮੇਰੀ ਲਾ ਦੇ ਮੈਂ ਤੇਰੇ ਪੂਰੇ ਬਾਣ ਸੋਹਣਿਆ ਮੈਂ ਤੇਰੇ ਪੂਰੇ ਬਾਣ ਸੋਹਣਿਆ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਤੇਰੀ ਚ ਮੇਰੀ ਲਾ ਦੇ ਮੈਂ ਤੇਰੇ ਪੂਰੇ ਬਾਣ ਸੋਹਣਿਆ ਮੈਂ ਤੇਰੇ ਪੂਰੇ ਬਾਣ ਸੋਹਣਿਆ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ
ਮਿੰਟ ਖਲੋਵਾ ਯਾਰ ਇੱਕ ਹੋਰ ਸੁਣਾ ਅੱਜ ਪੈ ਰਿਹਾ ਮਾਲ ਇਸ ਟਾਈਮ ਪਾਸ ਬਲਕਿ ਅੰਮੀ ਵਾਲਾ ਸੁਣਾ ਉਹ ਜਾਂਦਾ ਜੇ ਤੁਰਿਆ ਜਿਵੇਂ ਮੈਨੂੰ ਸੁਣ ਲਈਆਂ ਜਾਂਦੀਆਂ ਚੱਲ ਬਈ ਅਗਲਾ 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 नहीं सुना दे मैं कोई पंजाब वाला सुना दिया करो आने सुना दे 2000 वाला जरा मुखड़े दी चाबी तेरे बो ਲੈਂਦੇ